ਮਸਤੇ ਬੱਚਿਓ ਅੱਜ ਮੈਂ ਤੁਹਾਨੂੰ ਪੰਜਾਬੀ ਦਾ ਬਾਲ ਗੀਤ ਕਰਵਾਉਣ ਜਾ ਰਹੀ ਹਾਂ ਚੋਰੀ ਕਰਨਾ ਪਾਪ ਹੈ ਠੱਕ ਠੱਕ ਕਰਦਾ ਚੌਂਕੀਦਾਰ ਕਰਦਾ ਹੈ ਸਭ ਨੂੰ ਹੁਸ਼ਿਆਰ ਬੱਚੋ ਚੌਂਕੀਦਾਰ ਉਹ ਇਨਸਾਨ ਹੁੰਦਾ ਹੈ ਜੋ ਸਾਡੇ ਘਰਾਂ ਦੀ ਰਖਵਾਲੀ ਕਰਦਾ ਹੈ ਉਸ ਨੂੰ ਚੌਂਕੀਦਾਰ ਕਿਹਾ ਜਾਂਦਾ ਹੈ ਹੱਥ ਵਿੱਚ ਉਸਦੇ ਸੋਟੀ ਹੈ ਸੋਟੀ ਬੜੀ ਹੀ ਮੋਟੀ ਹੈ ਬੱਚੋ ਜਿਵੇਂ ਤੁਸੀਂ ਤਸਵੀਰ ਚ ਦੇਖ ਰਹੇ ਹੋ ਚੌਕੀਦਾਰ ਦੇ ਹੱਥ ਵਿੱਚ ਬਹੁਤ ਮੋਟੀ ਸੋਟੀ ਪਕੜੀ ਹੋਈ ਹੈ ਰੋਹ ਜਾਗਦੇ ਕਹਿੰਦਾ ਹੈ ਸਾਰੀ ਰਾਤ ਨਾ ਸੌਂਦਾ ਹੈ ਚੌਕੀਦਾਰ ਜੋ ਹੈ ਸਾਰੀ ਰਾਤ ਨਾ ਸੌਕੇ ਸਾਡੀ ਘਰ ਦੀ ਰਖਵਾਲੀ ਕਰਦੇ ਹਨ ਅਤੇ ਜਾਗਦੇ ਰਹੋ ਦਾ ਨਾਰਾ ਲਗਾਉਂਦੇ ਹਨ ਮੌਸਮ ਹੋਈ ਗਰਮ ਜਾਂ ਠੰਡਾ ਚੋਰ ਆਏ ਤਾਂ ਮਾਰੇ ਡੰਡਾ ਮੌਸਮ ਚਾਹੀਏ ਸਰਦੀ ਦਾ ਹੋਏ ਚਾਹੀ ਗਰਮੀ ਦਾ ਚੌਂਕੀਦਾਰ ਚੌਂ ਨੂੰ ਡੰਡਾ ਮਾਰ ਕੇ ਭਜਾ ਦਿੰਦਾ ਹੈ ਗੱਲ ਬੜੀ ਹੀ ਸਾਫ਼ ਹੈ ਚੋਰੀ ਕਰਨਾ ਪਾਪ ਹੈ ਬੱਚੋ ਸਾਨੂੰ ਇਸ ਕਵਿਤਾ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਚੋਰੀ ਕਰਨਾ ਪਾਪ ਹੈ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਚੋਰੀ ਨਹੀਂ ਕਰਨੀ ਚਾਹੀਦੀ ਅੱਛਾ ਬੱਚਿਓ ਆਪਾਂ ਹੁਣ ਇਸ ਬਾਲ ਗੀਤ ਨੂੰ ਦੁਬਾਰਾ ਤੋਂ ਪੜਾਂਗੇ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣਾ ਹੈ ਠੱਕ ਠੱਕ ਕਰਦਾ ਚੌਂਕੀਦਾਰ ਕਰਦਾ ਹੈ ਸਭ ਨੂੰ ਹੁਸ਼ਿਆਰ ਬੋਲੋ ਬੱਚਿਓ ਠੱਕ ਠੱਕ ਕਰਦਾ ਚੌਂਕੀਦਾਰ ਕਰਦਾ ਹੈ ਸਭ ਨੂੰ ਹੁਸ਼ਿਆਰ ਹੱਥ ਵਿੱਚ ਉਸਤੇ ਸੋਟੀ ਹੈ ਸੋਟੀ ਬੜੀ ਹੀ ਮੋਟੀ ਹੈ ਬੋਲੋ ਬੱਚਿਓ ਹੱਥ ਵਿੱਚ ਉਸਤੇ ਸੋਟੀ ਹੈ ਸੋਟੀ ਬੜੀ ਹੀ ਮੋਟੀ ਹੈ ਰਹੋ ਜਾਗਦੇ ਕਹਿੰਦਾ ਹੈ ਸਾਰੀ ਰਾਤ ਨਾ ਸੌਂਦਾ ਹੈ ਮੌਸਮ ਹੋਵੇ ਗਰਮ ਜਾਂ ਠੰਡਾ ਚੋਰ ਆਏ ਤਾਂ ਮਾਰੇ ਡੰਡਾ ਮੌਸਮ ਹੋਵੇ ਗਰਮ ਜਾਂ ਠੰਡਾ ਚੋਰ ਆਏ ਤਾਂ ਮਾਰੇ ਡੰਡਾ ਗੱਲ ਬੜੀ ਸਾਫ਼ ਹੈ ਚੋਰੀ ਕਰਨਾ ਪਾਪ ਹੈ ਜੇ ਬੱਚਿਓ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਸਰੂਰ ਕਰੋ ਧੰਨਵਾਦ